ਤੁਸੀਂ ਉਹ ਓਪੀਡੀ ਤੇ ਜਿਹੜੇ ਮਰੀਜ਼ ਜਿਹੜੇ ਦੂਰੋਂ ਦੂਰੋਂ ਦਵਾਈ ਲੈਣ ਪਹੁੰਚੇ ਆ, ਲੇਕਿਨ ਹਾਲੇ ਤੱਕ ਹੜਤਾਲ ਕਰਨ ਕਰਕੇ ਓਪੀਡੀ ਨਹੀਂ ਖੁੱਲੀ, ਜਿਹਦੇ ਕਰਕੇ ਪਰਚੇ ਨਹੀਂ ਕੱਟ ਗਏ ਆ। ਸਾਰਿਆਂ ਛੁੱਟੀ ਹੈਗੀ ਆ, ਅਸੀਂ ਮਤਰਾ ਤੋਂ ਆਏ 50 ਕਿਲੋਮੀਟਰ ਉੱਤੋਂ ਚੱਲ ਗਏ ਤੇ ਉਹ ਆਪਣੇ ਬਣੇਵੇ ਦਾ ਮਣ ਕੇ ਡੁੱਬੇ ਪੰਚਰ ਹੋਏ ਆ। ਉਹਨੂੰ ਗੱਡੀ 'ਚ ਬਿਠਾਇਆ ਤੋਂ ਸਾਰਾ ਉਹਦਾ ਗਲਿਆ ਪਿਆ ਅਤੇ ਉਹਨੂੰ ਗਰਮੀ 'ਚ ਲੈ ਕੇ ਆਈ ਦਾ ਗੱਡੀ ਦੇ ਵਿੱਚ, ਅਤੇ ਲੈਕਟਰ ਮਿਲਦੇ ਜਦੋਂ ਆਈ ਤਾਂ ਮੋੜ ਦਿੰਦੇ ਮੰਗਲਵਾਰ ਆ ਜਾਓ, ਅਗਲੇ ਮੰਗਲਵਾਰ ਆ ਜਾਓ। ਸਤਿ ਸ਼੍ਰੀ ਅਕਾਲ, ਜਾਡਾ ਸਪੋਕਸਮੈਨ ਦੇਖ ਕੇ ਤੁਸੀਂ, ਮੈਂ ਕੁਲਦੀਪ ਸਿੰਘ ਦੀਪਾ। ਸਰਕਾਰੀ ਡਾਟਾ ਦੇ ਹੜਤਾਲ ਦਾ ਅੱਜ ਦੂਜਾ ਦਿਨ ਆ, ਜਿਹਦੇ ਕਰਕੇ ਪੂਰੇ ਪੰਜਾਬ ਵਿੱਚ ਜਿਹੜੀਆਂ ਹਸਪਤਾਲ ਦੀਆਂ ਓਪੀਡੀਆਂ ਬੰਦ ਕੀਤੀਆਂ ਗਈਆਂ, ਸਰਕਾਰੀ ਮੰਗਾਂ ਲੈ ਕੇ ਡਾਕਟਰ ਲਗਾਤਾਰ ਹੜਤਾਲੀ ਜਾ ਰਹੀ ਆ। ਭਾਵੇਂ ਕਿ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਵੀ ਇਹ ਅਪੀਲ ਕੀਤੀ ਗਈ ਆ ਕਿ ਆਪਣੀ ਹੜਤਾਲ ਖਤਮ ਕਰਕੇ, SSPD ਸਾਹਿਬ ਨੂੰ ਇੱਕ ਨਿਰਦੇਸ਼ ਜਾਰੀ ਕੀਤੇ ਗਏ ਆ ਵੀ ਇਹਨਾਂ ਮੀਟਿੰਗਾਂ ਕਰਕੇ ਜਿਹੜੀਆਂ ਇਹਨਾਂ ਦੀਆਂ ਹੜਤਾਲਾਂ ਖਤਮ ਕੀਤੀਆਂ, ਜਿਹੜੀਆਂ ਮੰਗਾਂ ਉਹ ਪ੍ਰਵਾਨ ਕੀਤੀਆਂ, ਲੇਕਿਨ ਹਾਲੇ ਵੀ ਜਿਹੜੀਆਂ ਹੜਤਾਲ ਜਿਹੜੀ ਹਸਪਤਾਲ ਵਿੱਚ ਚੱਲਦੀ ਪਈ ਆ, ਜਿਹਦੇ ਕਰਕੇ ਜਿਹੜੇ ਮਰੀਜ਼ ਉਹ ਵੀ ਖੱਜਲ ਖਾਲ ਹੋਏ ਆਪਣੀ ਗੱਲਾਂ ਕਮਾਈ ਰਹੇ। ਤੁਸੀਂ ਕਰੋ ਤਾਂ ਤੁਸੀਂ ਕੱਲ ਤੱਕ ਹੋ ਜਾਓ ਤਾਂ ਅੰਦਰ ਦੇ ਦ੍ਰਿਸ਼ ਦਿਖਾ ਰਹੇ ਹਾਂ, ਦੇਖ ਸਕਦੇ ਹੋ ਓਪੀਡੀ ਤੇ ਜਿਹੜੇ ਮਰੀਜ਼ ਜਿਹੜੇ ਦੂਰੋਂ ਦੂਰੋਂ ਦਵਾਈ ਲੈਣ ਪਹੁੰਚੇ ਆ, ਲੇਕਿਨ ਹਾਲੇ ਤੱਕ ਹੜਤਾਲ ਕਰਨ ਕਰਕੇ ਓਪੀਡੀ ਨਹੀਂ ਖੁੱਲੀ, ਜਿਹਦੇ ਕਰਕੇ ਪਰਚੀਆਂ ਨਹੀਂ ਕੱਟ ਗਈਆਂ ਅਤੇ ਡਾਕਟਰ ਵੀ ਆਪਣੀ ਜਗ੍ਹਾ ਤੇ ਨਹੀਂ ਬੈਠੇ। ਬਹੁਤ ਸਾਰੇ ਜਿਹੜੇ ਮਰੀਜ਼ ਦੂਰੋਂ ਦੂਰੋਂ ਆਏ ਆ, ਖੱਜਲ ਖੁਆਰ ਹੋ ਰਹੇ ਆ, ਲੇਕਿਨ ਹਾਲੇ ਤੱਕ ਡਾਕਟਰ ਦੀ ਹੜਤਾਲ ਲਗਾਤਾਰ ਜਾਰੀ ਆ। ਵਿਜੀ ਦੱਸ ਦਿਓ ਭਾਅ ਜੀ, ਕੀ ਕਹਿਣਾ ਚਾਹੋਗੇ, ਡਾਕਟਰ ਦੀ ਹੜਤਾਲ ਚੱਲਦੀ ਪਈ, ਓਪੀਡੀ ਬੰਦ ਪਈ ਆ? ਵਾਹਿਗੁਰੂ ਜੀ, ਇਹ ਤਾਂ ਇਸ ਤਰ੍ਹਾਂ ਵਾ ਵੀ ਜਿਹੜੀ ਹੜਤਾਲ ਚੱਲਦੀ ਪਈ, ਚਾਹੇ ਡਾਕਟਰ ਸਾਹਿਬ ਵੀ ਇੰਨਾ ਕੁ ਸੋਚ ਲੈਣ ਵੀ ਅੱਗੋਂ ਪਿੱਛੋਂ ਵੀ ਇਹ ਗੱਲ ਕਰ ਸਕਦੇ ਆ, ਜੋ ਵੀ ਗੱਲ ਕਰਨੀ ਇਹਨਾਂ ਉੱਪਰ ਭਗਵੰਤ ਮਾਨ ਸਾਹਿਬ ਨੂੰ ਜਾਂ ਕਿਤੇ ਵੀ, ਅਤੇ ਬਾਕੀ ਇਹ ਵੀ ਇਹ ਜਿਹੜੀ ਹੁਣ ਪਕੜਾ ਕੇ ਜਾਂ ਇਹਨਾਂ ਨੂੰ ਇੱਥੇ ਪੱਕੀ ਛੁੱਟੀ ਕੀਤੀ ਜਾਵੇ, ਤਾਂ ਸਾਰਿਆਂ ਨੂੰ ਪਤਾ ਵੀ ਮਰੀਜ਼ਾਂ ਨੂੰ ਵੀ ਇੱਥੇ ਛੁੱਟੀ ਹੈਗੀ ਆ, ਅਤੇ ਫਿਰ ਵੀ ਕੋਈ ਮਤਲਬ ਧਰਾ ਆ ਜਾਵੇ। ਬਹੁਤ ਜੀ, ਹੁਣ ਅਸੀਂ ਕੱਲ੍ਹ ਵੀ ਇੱਥੇ ਖੱਜਲ ਖਰਾਬ ਹੁੰਦੇ ਗਏ ਹਾਂ ਅਤੇ ਅੱਜ ਵੀ ਆਏ ਹਾਂ, ਅੱਜ ਹੁਣ ਮੈਂ ਥੋੜ੍ਹਾ ਕੁ ਵੇਲੇ ਆਇਆ, ਕੱਲ੍ਹ ਤਾਂ ਮੈਂ ਸਵੇਰ ਤੋਂ ਹੀ ਆ ਗਿਆ ਸੀ, ਅਤੇ ਬਹੁਤ ਖੱਜਲ ਖਰਾਬੀ ਹੈ ਜੀ। ਅਸੀਂ ਮਤਰਾ ਤੋਂ ਆਏ 50 ਕਿਲੋਮੀਟਰ ਤੋਂ ਚੱਲ ਗਏ ਅਤੇ ਉਹ ਆਪਣੇ ਬਣੇਵੇ ਦਾ ਮਣ ਕੇ ਟੁੱਟੇ ਪੰਚਰ ਹੋਏ ਆ। ਉਹਨੂੰ ਗੱਡੀ 'ਚ ਬਿਠਾਇਆ ਤੋ ਸਾਰਾ ਉਹਦਾ ਗਲਿਆ ਪਿਆ ਅਤੇ ਉਹਨੂੰ ਗਰਮੀ 'ਚ ਲੈ ਕੇ ਆਈ ਦਾ ਗੱਡੀ ਦੇ ਵਿੱਚ, ਅਤੇ ਡਾਕਟਰ ਮਿਲਦੇ ਨਹੀਂ ਜਦੋਂ ਆਈ ਦਾ ਮੋੜ ਦਿੰਦੇ ਮੰਗਲਵਾਰ ਆ ਜਾਓ, ਅਗਲੇ ਮੰਗਲਵਾਰ ਆ ਜਾਓ, ਕੋਈ ਹੱਲ ਨਹੀਂ ਆਉਂਦਾ। ਹਾਂਜੀ, ਬਹੁਤ ਪਰੇਸ਼ਾਨ ਹੈ ਇੱਥੋਂ, ਹੜਤਾਲ ਕਾਰਨ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਆ। ਇੱਥੇ ਬੀਬੀਆਂ ਭੈਣਾਂ ਵੀ ਆਈਆਂ ਗੱਲਬਾਤ ਕਰ ਰਹੇ। ਭਾਅ ਜੀ, ਭਾਅ ਜੀ ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਤੁਸੀਂ? ਅਸੀਂ ਰਸੂਲਪੁਰ ਤੋਂ ਆਏ ਹਾਂ। ਰਸੂਲਪੁਰ ਤੋਂ ਕਿੰਨਾ ਕਿਲੋ ਗਏ ਲੈਣ 'ਚ ਲੱਗੇ ਨੇ? ਸਵੇਰ ਦੇ ਲੱਗੇ। ਸਵੇਰ ਦੇ ਲੱਗੇ? ਹਾਂਜੀ। ਡਾਕਟਰ ਕੀ ਕਰਦੇ ਹੁਣ? ਡਾਕਟਰ ਆਉਂਦੇ ਜੇ ਹੜਤਾਲ ਚੱਲਣ ਡਈ ਆ, 11 ਵਜੇ ਤੋਂ ਬਾਅਦ ਦਵਾਈ ਮਿਲਦੀ, ਜਦੋਂ ਪਰਚੀ ਮਿਲੂਗੀ ਫਿਰ ਦਵਾਈ ਮਿਲੂਗੀ। ਹਾਂਜੀ, ਕਾਹਦਾ ਇਲਾਜ ਕਰਨਾ? ਆਹ ਗੁੜੀਆਂ ਦੀ ਦਵਾਈ ਲੈਣਾ ਹੈ, ਛੁੱਟੀ ਕਰਾਈ ਸਕੂਲ। ਹਾਂਜੀ, ਜਿੱਦਾਂ 3 ਦਿਨ ਹੜਤਾਲ ਚੱਲਦੀ ਪਈ ਆ, ਲਗਾਤਾਰ ਹੀ ਤਾਂ ਚੱਲਦੀ ਪਈ, ਤੁਹਾਨੂੰ ਪਤਾ ਸੀ ਹੜਤਾਲ ਚੱਲਦੀ ਪਈ? ਹਾਂਜੀ, ਨਹੀਂ ਸਾਨੂੰ ਨਹੀਂ ਪਤਾ। ਕੀ ਹੋਣਾ ਚਾਹੀਦਾ? ਹੈਂ, ਕੀ ਹੋਣਾ ਚਾਹੀਦਾ? ਕੀ ਹੋਣਾ ਚਾਹੀਦਾ? ਦਵਾਈ ਲੋਕਾਂ ਨੂੰ ਮਿਲਣੀ ਚਾਹੀਦੀ ਇੱਥੋਂ। ਹਾਂਜੀ, ਅਤੇ ਆਰਾਮ ਨਾਲ ਦਵਾਈ ਡਾਕਟਰ ਵੇਖਣ ਇੱਥੇ, ਦਵਾਈ ਮਿਲੇ ਸਾਨੂੰ। ਖੱਜਲ ਖਰਾਬੀ ਹੋਣ ਡਈ ਆ। ਹਾਂਜੀ, ਤਾਂ
ਡਾਕਟਰਾਂ ਦੀ ਹੜਤਾਲ ਕਰਕੇ ਜਿਹੜੇ ਮਰੀਜ਼ ਆ ਜਿਹੜੇ ਦੂਰੋਂ ਦੂਰੋਂ, ਕਿਉਂਕਿ ਜ਼ਿਲ੍ਹੇ ਭਰ ਦਾ ਇਹ ਹਸਪਤਾਲ ਆ ਅਤੇ ਜ਼ਿਲ੍ਹੇ ਭਰ ਦੇ ਲੋਕ ਇੱਥੇ ਦਵਾਈ ਲੈ ਲੈਂਦੇ ਆ, ਲੇਕਿਨ ਲਗਾਤਾਰ ਜਿਹੜੀ ਡਾਕਟਰਾਂ ਦੀ ਹੜਤਾਲ ਕਰਨ ਕਰਕੇ ਅੱਜ ਫਿਰ ਦੁਬਾਰਾ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ, ਕਿਉਂਕਿ 3 ਦਿਨ ਦਾ ਇਹਨਾਂ ਨੇ ਅਲਟੀਮੇਟ ਦਿੱਤਾ ਸੀ ਵੀ 3 ਦਿਨ ਸਾਡੀ ਹੜਤਾਲ ਰਹੇਗੀ, 8 ਤੋਂ ਲੈ ਕੇ 11 ਵਜੇ ਤੱਕ। ਹੁਣ ਵੇਖਣਾ ਇਹ ਹੋਏਗਾ ਕਿ ਕਿੰਨੀ ਜਲਦੀ ਸਰਕਾਰ ਡਾਕਟਰਾਂ ਦੀ ਮੰਗਾਂ ਮੰਨਦੀ ਆ ਤਾਂ ਜੋ ਜਿਹੜੇ ਇਹ ਮਰੀਜ਼ ਜ਼ਿਲ੍ਹੇ ਭਰ ਤੋਂ ਜਾਂ ਜਿਹੜੇ ਵੀ ਪਿੰਡਾਂ ਪੁੰਡਾਂ ਰਹਿਣ ਵਾਲੇ ਆ ਉਹ ਇੱਥੇ ਆ ਕੇ ਖੱਜਲ ਖੁਆਰ ਨਾ ਹੋਣ। ਕੁਲਦੀਪ ਸਿੰਘ ਦੀਪਾ, ਰੋਜ਼ਾਨਾ ਸਪੋਕਸਮੈਨ, ਤਰਨ ਤਾਰਨ।